ਗੁਰਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੁਰਮਤ ਵਿਚਾਰ ਦੀ ਲੜੀ ਵਿੱਚ ਇਸ ਸਮੇਂ ਆਪਾਂ ਗੁਰਮਤ ਨਾਮ ਸਿਮਰਨ ਦਾ ਵਿਸ਼ਾ ਵਿਚਾਰ ਰਹੇ ਹਾਂ ਜਿਹਦੇ ਵਿੱਚ ਪਿਛਲੇ 3 ਦਿਨਾਂ ਤੋਂ ਅਸੀਂ ਸਤਿਗੁਰੂ ਕੋਲੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਾਮ ਕੀ ਹੈ ਪਿਛਲੇ 3 ਦਿਨਾਂ ਤੋਂ ਜੋ ਅਸੀਂ ਗੁਰਬਾਣੀ ਦੇ ਪ੍ਰਮਾਣ ਵਿਚਾਰੇ ਹਨ ਉਹਨਾਂ ਤੋਂ ਅਗਰ ਤੱਤਸਾਰ ਕੱਢੀਏ ਇਹਕ ਤਾ ਸਰ ਸਾਡੇ ਸਾਹਮਣੇ ਉੱਭਰ ਕੇ ਆਉਂਦਾ ਹੈ ਕਿ ਅਕਾਲ ਪੁਰਖ ਹੁਕਮ ਤੇ ਨਾਮ ਠੀਕੋ ਚੀਜ਼ ਹੈ ਸਿਨੋਨਿਮਸ ਵਰਡਸ ਨੇ ਲਫ਼ਜ਼ ਅਲੱਗ-ਲੱਗ ਨੇ ਇਹਨਾਂ ਦਾ ਭਾਵ ਇੱਕੋ ਹੈ ਜੋ ਅਕਾਲ ਪੁਰਖ ਦੇ ਉਹ ਅਟਲ ਨਾਮ ਜਿਨ੍ਹਾਂ ਨਾਲ ਸ੍ਰਿਸ਼ਟੀ ਦਾ ਸਾਰਾ ਸਿਲਸਾ ਚੱਲ ਰਿਹਾ ਹੈ ਉਹੀ ਨਾਮ ਹੈ ਇਹ ਗੱਲ ਸਮਝ ਲੱਗਦੀ ਹੈ ਸਾਰੇ ਵਿਚਾਰ ਤੋਂ ਇਤਿਲੇ ਗੁਰਬਾਣੀ ਦੇ ਸਾਰੇ ਪਰਮਾਰਥ ਹੁਣ ਇਹ ਨਾਮ ਕਿਵੇਂ ਡ੍ਰਿਡ ਹੁੰਦਾ ਕਿਉਂਕਿ ਬਾਰ ਬਾਰ ਇੱਕੋ ਗੱਲ ਸਾਨੂੰ ਸਮਝਾਈ ਜਾ ਰਹੀ ਹੈ ਕਿ ਨਾਮ ਹਿਰਦੇ ਵਿੱਚ ਵਸਾਓ ਨਾਮ ਡ੍ਰਿਡ ਕਰੋ ਇਹ ਵੀ ਇਹਨਾਂ ਪਰਮਾਨਾਂ ਦੇ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਦੁਆਰਾ ਦ੍ਰਿੜਾਏ ਇਲਾਹੀ ਗਿਆਨ ਦੁਆਰਾ ਇਹ ਨਾਮ ਪ੍ਰਗਟ ਹੁੰਦਾ ਹੈ ਐਨ ਸਪਸ਼ਟ ਹੋ ਜਾਂਦਾ ਹੈ ਕਿ ਇਹਦੇ ਵਿੱਚ ਵਸ ਜਾਂਦਾ ਹੈ ਸੋ ਇਹ ਗੱਲ ਬੜੀ ਸਪਸ਼ਟ ਹੈ ਕਿ ਅਕਾਲਪੁਰ ਦੇ ਕੁਦਰਤ ਰੂਪ ਵਿੱਚ ਸ੍ਰਿਸ਼ਟੀ ਦਾ سلسلہ ਚਲਾਉਣ ਲਈ ਬਣਾਏ ਅਟਲ ਨੀਮਾ ਨਾਲ ਜੁੜਨਾ ਇਹੀ ਨਾਮ ਨਾਲ ਜੁੜਨਾ ਹੈ ਇਹੀ ਅਕਾਲਪੁਰ ਨਾਲ ਜੁੜਨਾ ਹੈ ਕਿਉਂਕਿ ਅਕਾਲਪੁਰ ਤੇ ਨਾਮ ਦੇ ਵਿੱਚ ਕੋਈ ਫਰਕ ਨਹੀਂ ਨਾਮ ਅਕਾਲਪੁਰ ਦੀ ਪਹਿਚਾਨ ਹੈ ਜਿਵੇਂ 10 ਪਹਿਲਾਂ ਵੀ ਬੇਨਤੀ ਕਰ ਚੁੱਕਾ ਹੈ ਕਿ ਕਿਸੇ ਦਾ ਵੀ ਨਾਂ ਉਹਦੀ ਪਹਿਚਾਨ ਹੁੰਦਾ ਹੈ ਜਿਸ ਵੇਲੇ ਅਸੀਂ ਉਹ ਨਾਂ ਲੈਨੇ ਆ ਤੇ ਉਸ ਬੰਦੇ ਦੇ ਗੁਣ ਉਸ ਬੰਦੇ ਦੀ ਸੂਰਤ ਉਹ ਸਾਡੇ ਸਾਹਮਣੇ ਆ ਜਾਂਦੇ ਨੇ ਅਸੀਂ ਉਹ ਕੁਝ ਸਮੇਂ ਲਈ ਉਹਦੇ ਨਾਲ ਜੁੜ ਜਾਂਦੇ ਹਾਂ ਇਸ ਤਰ੍ਹਾਂ ਹੀ ਅਕਾਲ ਪੁਰਖ ਦਾ ਚਲੇ ਨਾਮ ਲੈਨੇ ਆ ਤੇ ਅਕਾਲ ਪੁਰਖ ਦੇ ਨਾਲ ਜੁੜ ਜਾਂਦੇ ਆ ਅਕਾਲ ਪੁਰਖ ਨਾਲ ਜੁੜੰਦਾ ਇਹੀ ਤਰੀਕਾ ਹੈ ਇਸੇ ਕਰਕੇ ਸਤਿਗੁਰੂ ਨੇ ਬਾਣੀ ਦੇ ਵਿੱਚ ਨਾਮ ਦੀ ਮਹਿਮਾ ਪ੍ਰਗਟਾਉਂਦੇ ਹੋਏ ਬਖਸ਼ਿਸ਼ ਕੀਤੀ ਹੈ ਪੰਜਵੇਂ ਨਾਨਕ ਸੁਖਮਨੀ ਬਾਣੀ 'ਚ ਬਖਸ਼ਿਸ਼ ਕਰਦੇ ਨੇ ਨੰਦ ਅੰਮ੍ਰਿਤ ਪ੍ਰਭ ਦਾ ਨਾਮ ਗੁਰੂ ਰਾਮਦਾਸ ਪਾਸ਼ਾ ਨਾਮਾਰੇ ਬਖਸ਼ਿਸ਼ ਕਰਦੇ ਨੇ ਨਾਮ ਅਮੋਲਕ ਰਤਮ ਹੈ ਗੁਰੂ ਅਰਜਨ ਸਾਹਿਬ ਫਿਰ ਬਖਸ਼ਿਸ਼ ਕਰਦਨੇ ਅੰਮ੍ਰਿਤ ਨਾਮ ਨਿਥਾਨ ਹੈ ਮਿਲ ਪੀਵੋ ਭਾਈ ਸਾਰੰਗ ਦੀ ਵਾਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦਨੇ ਨਾਮ ਨਿਰੰਜਲ ਅਲਖ ਹੈ ਲਖਿਆ ਨਹੀਂ ਜਾ ਸਕਦਾ ਹੰਤ ਨਹੀਂ ਪਾਇਆ ਜਾ ਸਕਦਾ ਨਾਮ ਦੀ ਮਹਿਮਾ ਗਾਉਂਦੇ ਹੋਈ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦਨੇ ਰਤਨ ਜਵੇਹਰ ਲਾਲ ਹਰ ਨਾਮਾ ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਵਸਤੂ ਜਿਹੜੀ ਹੈ ਉਸ ਕਲਪੁਰਤ ਦਾ ਨਾਮ ਹੈ ਅਸਰਨ ਕਲ ਤੋਂ ਆਪਾਂ ਇਹ ਨਾਮ ਕਿੱਥੋਂ ਮਿਲਦਾ ਹੈ ਕਿਵੇਂ ਮਿਲਦਾ ਹੈ ਕਿਵੇਂ ਇਹਨੂੰ ਹਿਰਦੇ ਨਾਮ ਚਪਨ ਦਾ ਭਾਵ ਕੀ ਹੈ ਅਸੀਂ ਇੰਗਲਾਫਾਂ ਬੜੇ ਵਿਸਤਾਰ ਦੇ ਵਿੱਚ ਬੜੀ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਜੋ ਆਪਣਾ ਨਾਮ ਹੈ ਗੁਰਮਤਿ ਵਿਚਾਰਦਾ ਕਿ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਦਰੇ ਅਸੀਂ ਬਾਹਰ ਨਹੀਂ ਜਾਣਾ ਕਿਸੇ ਕੋਲੋਂ ਬਾਹਰੋਂ ਨਹੀਂ ਪੁੱਛਣਾ ਸਤਿਗੁਰੂ ਦੀ ਬਾਣੀ ਤੋਂ ਹੀ ਨਿਰੋਲ ਆਪਾਂ ਸਾਰੀ ਅਗਵਾਈ ਜੜੀ ਹੈ ਲੈਣੀ ਹੈ ਅੱਜ ਇਤਨੇ ਕਿ ਬਚਨ ਪੜ੍ਹਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ